ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਾਸ਼ਟਰਪਤੀ ਨੂੰ ਲਿਖਿਆ ਪੱਤਰ। ਰਾਸ਼ਟਰਪਤੀ ਤੋਂ ਮਿਲਣ ਦਾ ਮੰਗਿਆ ਵਕਤ। SYL ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਲਿਖਿਆ ਪੱਤਰ। ਸੁਪਰੀਮ ਕੋਰਟ ਨੇ ਹਰਿਆਣਾ ਦੇ ਹੱਕ ਵਿੱਚ ਦਿੱਤਾ ਸੀ ਫੈਸਲਾ। SYL ਦੇ ਮੁੱਦੇ ਤੇ ਕਾਂਗਰਸ ਦੇ ਸਾਰੇ ਵਿਧਾਇਕਾਂ ਨੇ ਦਿੱਤਾ ਅਸਤੀਫਾ। ਸਪੀਕਰ ਦੀ ਗੈਰ ਮੌਜੂਦਗੀ ਵਿੱਚ 77 ਨੂੰ ਸੌਂਪੇ ਅਸਤੀਫੇ। ਕੱਲ ਸਰਕਾਰ ਦੇ ਖਿਲਾਫ ਕਾਂਗਰਸ ਦਾ ਪ੍ਰਦਰਸ਼ਨ। 13 ਨਵੰਬਰ ਨੂੰ ਅਬੋਹਰ ਵਿੱਚ ਕਾਂਗਰਸ ਦੀ ਰੈਲੀ। ਕਾਂਗਰਸੀ ਵਿਧਾਇਕਾਂ ਦੇ ਅਸਤੀਫੇ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਡਰਾਮਾ। ਜਦਕਿ ਕਾਂਗਰਸ ਦੇ ਬਾਕੀ MPs ਦੇ ਅਸਤੀਫੇ ਨਾ ਹੋਣ ਤੇ ਕੈਪਟਨ ਨੇ ਦਿੱਤੀ ਸਫਾਈ। ਕਿਹਾ ਸਭ ਨੇ ਭੇਜੇ ਸਨ ਆਪਣੇ ਅਸਤੀਫੇ, ਪਰ ਸੰਸਦ ਵਿੱਚ SYL ਦੀ ਲੜਾਈ ਜਾਰੀ ਰੱਖਣ ਲਈ ਮੈਂ ਹੀ ਭੇਜੇ ਵਾਪਸ। ਕੈਪਟਨ ਅਮਰਿੰਦਰ ਸਿੰਘ ਦਾ ਅਰਵਿੰਦ ਕੇਜਰੀਵਾਲ ਤੇ ਹਮਲਾ। ਕਿਹਾ SYL ਤੇ ਫੈਸਲੇ ਤੋਂ ਬਾਅਦ ਕੇਜਰੀਵਾਲ ਨੇ ਕਿਉਂ ਵੱਟੀ ਹੋਈ ਹੈ ਚੁੱਪ। ਕਿਹਾ ਕੇਜਰੀਵਾਲ ਪੰਜਾਬ, ਹਰਿਆਣਾ ਜਾਂ ਦਿੱਲੀ ਨਾਲ ਨੇ ਇਹ ਕਰਨ ਸਪਸ਼ਟ। ਪੰਜਾਬ ਦੇ ਆਪ ਕਨਵੀਨਰ ਨੇ ਦਿੱਤਾ ਜਵਾਬ। ਕਿਹਾ ਕੇਜਰੀਵਾਲ ਪਹਿਲਾਂ ਹੀ ਕਰ ਚੁੱਕੇ ਨੇ ਸਟੈਂਡ ਸਪਸ਼ਟ। ਜਲੰਧਰ ਅਤੇ ਤਰਨ ਤਾਰਨ ਦੇ ਪੱਟੀ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੰਡੇ ਗੈਸ ਕਨੈਕਸ਼ਨ। ਉਜਵਲਾ ਯੋਜਨਾ ਤਹਿਤ BPL ਪਰਿਵਾਰਾਂ ਨੂੰ ਵੰਡੇ LPG ਕਨੈਕਸ਼ਨ। ਪੈਟਰੋਲੀਅਮ ਮੰਤਰੀ ਦਾ ਐਲਾਨ, ਪਰਾਲੀ ਤੋਂ ਪੈਟਰੋਲ ਕੱਢਣ ਲਈ ਬਠਿੰਡਾ ਵਿੱਚ 500 ਕਰੋੜ ਦਾ ਲੱਗੇਗਾ ਪਲਾਂਟ। ਚੌਦਾਂ ਨਵੰਬਰ ਤੱਕ ਭਾਰਤ ਵਿੱਚ ਟੋਲ ਫ੍ਰੀ, ਨਹੀਂ ਦੇਣਾ ਹੋਏਗਾ ਕਿਸੇ ਵੀ ਟੋਲ 'ਤੇ ਟੈਕਸ। 500 ਅਤੇ 1000 ਦੇ ਨੋਟ ਬੰਦ ਹੋਣ ਕਰਕੇ ਲਿਆ ਫੈਸਲਾ। ਪਹਿਲਾਂ ਅੱਜ ਰਾਤ ਤੱਕ ਸੀ ਫ੍ਰੀ ਟੋਲ ਦਾ ਫੈਸਲਾ। ਅਮਿਤ ਸ਼ਾਹ ਤੋਂ ਬਾਅਦ ਰਾਜਨਾਥ ਸਿੰਘ ਨੇ ਵੀ ਕਿਹਾ ਸੋਚ ਸਮਝ ਕੇ ਲਿਆ ਸੀ ਨੋਟ ਬਦਲਣ ਦਾ ਫੈਸਲਾ। ATM 'ਤੇ ਪਹੁੰਚੇ ਰਾਹੁਲ ਗਾਂਧੀ ਨੇ ਕਿਹਾ ਲੋਕਾਂ ਦਾ ਦਰਦ ਨਹੀਂ ਸਮਝ ਰਹੇ ਨੇ PM। ਭਾਰਤ ਅਤੇ ਜਾਪਾਨ ਦੇ ਵਿਚਾਲੇ ਸਿਵਲ ਨਿਊਕਲੀਅਰ ਡੀਲ 'ਤੇ ਮੋਹਰ। ਦੋਵੇਂ ਦੇਸ਼ਾਂ ਵਿੱਚ ਹੋਰ ਵੀ ਕਈ ਅਹਿਮ ਸਮਝੌਤੇ। ਮੋਦੀ ਬੋਲੇ, ਜਾਪਾਨ ਸਾਡਾ ਪੁਰਾਣਾ ਅਤੇ ਸੁਭਾਵਿਕ ਸਾਂਝੇਦਾਰ। ਤਰਨ ਤਾਰਨ ਦੇ ਪਿੰਡ ਪੂਸੇ ਵਿੱਚ ਹੋਇਆ ਸ਼ਹੀਦ ਸਤਨਾਮ ਸਿੰਘ ਦਾ ਅੰਤਿਮ ਸੰਸਕਾਰ। ਪੂਰੇ ਰਾਜਕੀ ਸਨਮਾਨ ਨਾਲ ਦਿੱਤੀ ਗਈ ਸ਼ਹੀਦ ਸਤਨਾਮ ਨੂੰ ਆਖਰੀ ਵਿਦਾਈ। ਜੰਮੂ ਕਸ਼ਮੀਰ ਦੇ ਕੁਪਵਾੜਾ ਵਿੱਚ ਘੁਸਪੈਠੀਆ ਤੋਂ ਲੋਹਾ ਲੈਂਦੇ ਹੋਏ ਸਨ ਸ਼ਹੀਦ।